प्यारी साध संगत जी, आप जी ने जो शब्द हुणे हुणे सरवण कीता है, हस्ती सिर ज्यों अंकस है, अहरण ज्यों सिर दे, मन तन आगे राख कै उबी सेव करे। यह पावन शब्द श्री गुरु अमरदास जी का उच्चारण किया होया है। श्री गुरु अमरदास जी इस शब्द विच सानू बख्शिश करदे आ समझाउंदे सन, जिवें एक हाथी अंकस दे डर दे नाल अपने मालक दे कहे अनुसार चलदा है, जिवें एक अहरण अपने सिर उत्ते लोहार दी सट सहिंदी है। बिल्कुल इसे तरह ही सिख अपने मन ते तन नूं गुरु दर अगे अर्पण करके सुचेत होके सेवा करदा है। ਉਹ ਸਿੱਖ ਹੀ ਗੁਰੂ ਦਰ ਤੇ ਪ੍ਰਮਾਣ ਹੁੰਦਾ ਹੈ। ਸਤ ਸੰਗਿਓ, ਗੁਰੂ ਘਰ ਵਿੱਚ ਇਹ ਗੱਲ ਸਿਰਫ ਕਹਿਣ ਦੀ ਨਹੀਂ, ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਇਹ ਬਚਨ ਸਤ ਇੱਥੇ ਇਸੇ ਸਥਾਨ ਤੇ ਕਮਾ ਕੇ ਵੀ ਵਿਖਾਏ ਸਨ। ਜਦੋਂ ਕਾਬਲ ਤੋਂ ਸੰਗਤ ਇੱਥੇ ਰੁਕਣ ਵਾਸਤੇ ਆਈ, ਇੱਕ ਰਾਤ ਵਾਸਤੇ ਇੱਥੇ ਰੁਕਣ ਵਾਸਤੇ ਆਈ, ਉਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਵੀ ਭੇਸ ਬਦਲ ਕੇ ਸੰਗਤਾਂ ਦੇ ਨਾਲ ਆਏ ਸੀ। ਉਸ ਵੇਲੇ ਰਾਤ ਨੂੰ ਸੰਗਤਾਂ ਦੀ ਮੁੱਠੀ ਚਾਂਪੀ ਕਰਦੇ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਸੰਗਤਾਂ ਦੀ ਮੁੱਠੀ ਚਾਂਪੀ ਕਰਦੇ ਹਨ, ਸੰਗਤਾਂ ਦੇ ਜੋੜੇ ਝਾੜਦੇ ਹਨ, ਸੰਗਤਾਂ ਦੀ ਸੇਵਾ ਕਰਦੇ ਸਨ, ਗੁਰੂ ਪਦਵੀ ਤੇ ਬਿਰਾਜਮਾਨ ਹੋ ਕੇ ਵੀ ਸੇਵਾ ਕਰਦੇ ਸਨ ਅਤੇ ਸਾਨੂੰ ਸਮਝਾਉਂਦੇ ਸਨ ਕਿ ਗੁਰੂ ਦੀਆਂ ਸਿੱਖਾਂ ਕਿਤੇ ਉੱਚੀ ਪਦਵੀ ਦਾ ਮਾਣ ਨਾ ਕਰ ਲਵੀ। ਸੰਸਾਰ ਵਿੱਚ ਭਾਵੇਂ ਤੇਰਾ ਕਿੰਨਾ ਵੀ ਉੱਚਾ ਰੁਤਬਾ ਕਿਉਂ ਨਾ ਹੋਵੇ, ਪਰ ਗੁਰੂ ਦਰ ਤੇ ਪ੍ਰਵਾਨ ਹੋਣ ਲਈ ਨਿਸ਼ਕਾਮ ਸੇਵਾ ਦੀ ਜ਼ਰੂਰਤ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਆਓ ਗੁਰੂ ਅੱਗੇ ਅਰਦਾਸ ਕਰੀਏ ਅਤੇ ਇਹੋ ਜਿਹੇ ਸਿੱਖ ਬਣਨ ਦੀ ਕੋਸ਼ਿਸ਼ ਕਰੀਏ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਆਖਦੇ ਹਨ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿੱਧਕ ਸ਼ਹੀਦ ਭਰਮ ਪਾਉ ਖੋਵਣਾ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਨਾ ਤਿਸ ਪੂ
जी का खालसा वाहिगुरु जी की फतेह।